ਚਾਰ ਮੁੰਡਿਆਂ ਨੇ ਇਹਨੂੰ ਦਵਾਈ ਪਿਆ ਕੇ 2 ਜੂਨ ਨੂੰ ਦਵਾਈ ਪਿਆਈ, 17 ਜੂਨ ਮੇਰੇ ਬੇਟੇ ਦੀ ਡੈਥ ਹੋਈ ਅੰਮ੍ਰਿਤਸਰ ਹੋਸਪਿਟਲ। ਮੈਂ DSP ਸਾਹਿਬ ਨੂੰ ਮਿਲੀ, SSP ਸਾਹਿਬ ਨੂੰ ਮਿਲੀ, ਤੀਨਾ ਨਗਰ DSP ਸਾਹਿਬ ਨੂੰ ਮਿਲੀ, ਇਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ, ਬਾਕੀ 3 ਮੁੰਡਿਆਂ ਨੂੰ ਨਹੀਂ ਫੜਿਆ। ਇੱਕ ਬੰਦਾ ਮੇਰੇ ਪਿੰਡ ਦਾ ਸਾਬਕਾ ਸਰਪੰਚ ਜੋ ਵਾਰ ਵਾਰ ਧਮਕੀ ਦਿੰਦਾ ਦੋਸ਼ੀਆਂ ਨੂੰ ਭਜਾਉਣ ਵਿੱਚ, ਉਹਦਾ ਪੂਰਾ ਹੱਥ ਹੈ, ਉਹਨੂੰ ਵੀ ਇੱਕ ਦਿਨ ਪੁਲਿਸ ਨੇ ਫੜਿਆ 18 ਜੂਨ ਨੂੰ, ਜਿਸ ਦਿਨ ਬੱਚੇ ਦਾ ਸੰਸਕਾਰ ਹੋਇਆ ਉਸ ਤੋਂ ਬਾਅਦ ਉਹਨੂੰ ਵੀ ਛੱਡ ਦਿੱਤਾ ਪੁਲਿਸ ਨੇ, ਉਹਨੂੰ ਵੀ ਕੋਈ ਹੱਥ ਨਹੀਂ ਪਾਇਆ। ਖੜੀ ਆਪਣੀ ਜਾਨ ਦੇ ਦਾਂਗੀ ਅੱਜ ਜੇ ਕੁਛ ਨਹੀਂ ਕਰਨਗੇ, ਮੈਂ ਵੀ ਸੁਸਾਈਡ ਕਰ ਲਾਂਗੀ। ਸਾਰੇ ਪੁਲਿਸ ਵਾਲੇ ਗੁਰਨਾਮ ASI ਜਿਹੜਾ ਅੰਮ੍ਰਿਤਸਰ ਹੋਸਪਿਟਲ ਜਾ ਕੇ ਮੇਰੇ ਕੋਲੋਂ ਪੈਸੇ ਲੈ ਕੇ ਆਇਆ, ਬਿਆਨ ਲੈਣ ਗਿਆ ਨਾਲ ਉਹਦੇ ਸੁਰਿੰਦਰਪਾਲ, ਦਵਿੰਦਰ ਸ਼ਰਮਾ SHO, ਜਿਹੜਾ ਮੈਨੂੰ ਕਹਿੰਦਾ ਕਿ ਬਹਿ ਕੇ ਪੈਸੇ ਦੀ ਲੈਣ ਦੇਣ ਦੀ ਗੱਲ ਕਰੋ, ਫਿਰ ਆਪਾਂ ਦੋਸ਼ੀਆਂ ਨੂੰ ਫੜਦੇ ਹਾਂ। ਦੀਪ ਕੌਰ ਪਿੰਡ ਸੰਗੋਰ, ਮੇਰਾ ਬੇਟਾ ਜਸ਼ਨਪ੍ਰੀਤ, ਜੋ 4 ਮੁੰਡਿਆਂ ਨੇ ਇਹਨੂੰ ਦਵਾਈ ਪਿਆ ਕੇ 2 ਜੂਨ ਨੂੰ ਦਵਾਈ ਪਿਆਈ, 17 ਜੂਨ ਮੇਰੇ ਬੇਟੇ ਦੀ ਡੈਥ ਹੋਈ ਅੰਮ੍ਰਿਤਸਰ ਹੋਸਪਿਟਲ। ਮੈਂ DSP ਸਾਹਿਬ ਨੂੰ ਮਿਲੀ, SSP ਸਾਹਿਬ ਨੂੰ ਮਿਲੀ, ਤੀਨਾ ਨਗਰ DSP ਸਾਹਿਬ ਨੂੰ ਮਿਲੀ, ਇਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ, ਬਾਕੀ 3 ਮੁੰਡਿਆਂ ਨੂੰ ਨਹੀਂ ਫੜਿਆ। ਮੈਨੂੰ ਇਨਸਾਫ ਚਾਹੀਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ। ਇੱਕ ਬੰਦਾ ਮੇਰੇ ਪਿੰਡ ਦਾ ਸਾਬਕਾ ਸਰਪੰਚ ਜੋ ਵਾਰ ਵਾਰ ਧਮਕੀ ਦਿੰਦਾ ਦੋਸ਼ੀਆਂ ਨੂੰ ਭਜਾਉਣ ਵਿੱਚ, ਉਹਦਾ ਪੂਰਾ ਹੱਥ ਹੈ, ਉਹਨੂੰ ਵੀ ਇੱਕ ਦਿਨ ਪੁਲਿਸ ਨੇ ਫੜਿਆ 18 ਜੂਨ ਨੂੰ, ਜਿਸ ਦਿਨ ਬੱਚੇ ਦਾ ਸੰਸਕਾਰ ਹੋਇਆ ਉਸ ਤੋਂ ਬਾਅਦ ਉਹਨੂੰ ਵੀ ਛੱਡ ਦਿੱਤਾ ਪੁਲਿਸ ਨੇ, ਉਹਨੂੰ ਵੀ ਕੋਈ ਹੱਥ ਨਹੀਂ ਪਾਇਆ। ਮੈਨੂੰ ਇਨਸਾਫ ਚਾਹੀਦਾ ਕਿ ਮੇਰੇ ਬੱਚੇ ਦੇ ਦੋਸ਼ੀਆਂ ਨੂੰ ਫੜਿਆ ਜਾਵੇ। ਮੈਂ SSP ਸਾਹਿਬ ਨੂੰ ਮਿਲਣ ਆਈ ਹਾਂ, ਪਹਿਲੇ ਵੀ ਮਿਲ ਕੇ ਗਈ ਹਾਂ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਮੈਂ ਦੀਨਾਨਗਰ ਕਦੇ ਮੈਨੂੰ ਕਿਤੇ ਭੇਜ ਦਿੰਦੇ ਆ, ਕਦੇ ਕਿਤੇ ਭੇਜ ਦਿੰਦੇ ਆ, ਅਤੇ ਮੈਨੂੰ ਇਨਸਾਫ ਚਾਹੀਦਾ। ਮੈਂ SSP ਸਾਹਿਬ ਨੂੰ ਮਿਲਣ ਆਈ ਹਾਂ, ਖੜੀ ਆਪਣੀ ਜਾਨ ਦੇ ਦਾਂਗੀ ਅੱਜ ਜੇ ਕੁਛ ਨਹੀਂ ਕਰਨਗੇ, ਮੈਂ ਵੀ ਸੁਸਾਈਡ ਕਰ ਲਾਂਗੀ। ਸਾਰੇ ਪੁਲਿਸ ਵਾਲੇ ਗੁਰਨਾਮ ASI ਜਿਹੜਾ ਅੰਮ੍ਰਿਤਸਰ ਹੋਸਪਿਟਲ ਜਾ ਕੇ ਮੇਰੇ ਕੋਲੋਂ ਪੈਸੇ ਲੈ ਕੇ ਆਇਆ, ਬਿਆਨ ਲੈਣ ਗਿਆ ਨਾਲ ਉਹਦੇ ਸੁਰਿੰਦਰਪਾਲ, ਦਵਿੰਦਰ ਸ਼ਰਮਾ SHO, ਜਿਹੜਾ ਮੈਨੂੰ ਕਹਿੰਦਾ ਕਿ ਬਹਿ ਕੇ ਪੈਸੇ ਦੀ ਲੈਣ ਦੇਣ ਦੀ ਗੱਲ ਕਰੋ, ਫਿਰ ਆਪਾਂ ਦੋਸ਼ੀਆਂ ਨੂੰ ਫੜਦੇ ਹਾਂ। ਮੇਰੇ ਕੋਲ ਪੈਸੇ ਦੇਣ ਲਈ ਹੈ ਨਹੀਂ, ਕਿਉਂਕਿ ਮੇਰਾ ਜਵਾਨ ਬੇਟਾ, ਮੈਨੂੰ ਮੰਗ ਚਾਹੀਦਾ, ਨਹੀਂ ਤਾਂ ਮੈਂ ਅੱਜ ਇੱਥੇ ਮੈਂ ਵੀ ਜਾਣ ਦੇ ਦਿੰਦੀ ਹਾਂ SSP ਸਾਹਿਬ ਦੇ ਸਿਰ ਚੱਕ ਕੇ। ਨਾਂ ਲੈ ਕੇ ਦੱਸ, ਨਾਂ ਆਕਸੀਜਨ ਲਾਣੀ ਉਹਨਾਂ ਨੇ, ਨਾਂ ਕੀ ਦੱਸ, 2000 ਨਾਂ ਲੈ ਉਹਨਾਂ ਦਾ, ਹਰਪਿੰਦਰ ਜੋ ਜੋਵਨ ਹੈ, ਅਸਰ ਪਿੰਦਰ ਤੇ ਜੋਵਨ, ਚਲ ਠੀਕ ਹੈ। ਜੋ 4 ਮੁੰਡਿਆਂ ਨੇ ਇਹਨੂੰ ਦਵਾਈ ਪਿਆ ਕੇ 2 ਜੂਨ ਨੂੰ ਦਵਾਈ ਪਿਆਈ, 17 ਜੂਨ ਮੇਰੇ ਬੇਟੇ ਦੀ ਡੈਥ ਹੋਈ ਅੰਮ੍ਰਿਤਸਰ ਹੋਸਪਿਟਲ। ਮੈਂ DSP ਸਾਹਿਬ ਨੂੰ ਮਿਲੀ, SSP ਸਾਹਿਬ ਨੂੰ ਮਿਲੀ, ਤੀਨਾ ਨਗਰ DSP ਸਾਹਿਬ ਨੂੰ ਮਿਲੀ, ਇਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ, ਬਾਕੀ 3 ਮੁੰਡਿਆਂ ਨੂੰ ਨਹੀਂ ਫੜਿਆ। ਇੱਕ ਬੰਦਾ ਮੇਰੇ ਪਿੰਡ ਦਾ ਸਾਬਕਾ ਸਰਪੰਚ ਜੋ ਵਾਰ ਵਾਰ ਧਮਕੀ ਦਿੰਦਾ ਦੋਸ਼ੀਆਂ ਨੂੰ ਭਜਾਉਣ ਵਿੱਚ, ਉਹਦਾ ਪੂਰਾ ਹੱਥ ਹੈ, ਉਹਨੂੰ ਵੀ ਇੱਕ ਦਿਨ ਪੁਲਿਸ ਨੇ ਫੜਿਆ 18 ਜੂਨ ਨੂੰ, ਜਿਸ ਦਿਨ ਬੱਚੇ ਦਾ ਸੰਸਕਾਰ ਹੋਇਆ ਉਸ ਤੋਂ ਬਾਅਦ ਉਹਨੂੰ ਵੀ ਛੱਡ ਦਿੱਤਾ ਪੁਲਿਸ ਨੇ, ਉਹਨੂੰ ਵੀ ਕੋਈ ਹੱਥ ਨਹੀਂ ਪਾਇਆ। ਖੜੀ ਆਪਣੀ ਜਾਨ ਦੇ ਦਾਂਗੀ ਅੱਜ ਜੇ ਕੁਛ ਨਹੀਂ ਕਰਨਗੇ, ਮੈਂ ਵੀ ਸੁਸਾਈਡ ਕਰ ਲਾਂਗੀ। ਸਾਰੇ ਪੁਲਿਸ ਵਾਲੇ ਗੁਰਨਾਮ ASI ਜਿਹੜਾ ਅੰਮ੍ਰਿਤਸਰ ਹੋਸਪਿਟਲ ਜਾ ਕੇ ਮੇਰੇ ਕੋਲੋਂ ਪੈਸੇ ਲੈ ਕੇ ਆਇਆ, ਬਿਆਨ ਲੈਣ ਗਿਆ ਨਾਲ ਉਹਦੇ ਸੁਰਿੰਦਰਪਾਲ, ਦਵਿੰਦਰ ਸ਼ਰਮਾ SHO, ਜਿਹੜਾ ਮੈਨੂੰ ਕਹਿੰਦਾ ਕਿ ਬਹਿ ਕੇ ਪੈਸੇ ਦੀ ਲੈਣ ਦੇਣ ਦੀ ਗੱਲ ਕਰੋ, ਫਿਰ ਆਪਾਂ ਦੋਸ਼ੀਆਂ ਨੂੰ ਫੜਦੇ ਹਾਂ। ਦੀਪ ਕੌਰ ਪਿੰਡ ਸੰਗੋਰ, ਮੇਰਾ ਬੇਟਾ ਜਸ਼ਨਪ੍ਰੀਤ, ਜੋ 4 ਮੁੰਡਿਆਂ ਨੇ ਇਹਨੂੰ ਦਵਾਈ ਪਿਆ ਕੇ 2 ਜੂਨ ਨੂੰ ਦਵਾਈ ਪਿਆਈ, 17 ਜੂਨ ਮੇਰੇ ਬੇਟੇ ਦੀ ਡੈਥ ਹੋਈ ਅੰਮ੍ਰਿਤਸਰ ਹੋਸਪਿਟਲ।
ਮੈਂ ਡੀਐਸਪੀ ਸਾਹਿਬ ਨੂੰ ਮਿਲੀ, ਐਸਐਸਪੀ ਸਾਹਿਬ ਨੂੰ ਮਿਲੀ, ਦੀਨਾਨਗਰ ਡੀਐਸਪੀ ਸਾਹਿਬ ਨੂੰ ਮਿਲੀ, ਇਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ, ਬਾਕੀ ਤਿੰਨ ਮੁੰਡਿਆਂ ਨੂੰ ਨਹੀਂ ਫੜਿਆ। ਮੈਨੂੰ ਇਨਸਾਫ ਚਾਹੀਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ। ਇੱਕ ਬੰਦਾ ਮੇਰੇ ਪਿੰਡ ਦਾ ਸਾਬਕਾ ਸਰਪੰਚ ਜੋ ਵਾਰ ਵਾਰ ਧਮਕੀ ਦਿੰਦਾ ਦੋਸ਼ੀਆਂ ਨੂੰ ਭਜਾਉਣ ਵਿੱਚ, ਉਹਦਾ ਪੂਰਾ ਹੱਥ ਹੈ। ਉਹਨੂੰ ਵੀ ਇੱਕ ਦਿਨ ਪੁਲਿਸ ਨੇ ਫੜਿਆ 18 ਜੂਨ ਨੂੰ, ਜਿਸ ਦਿਨ ਬੱਚੇ ਦਾ ਸੰਸਕਾਰ ਹੋਇਆ। ਉਸ ਤੋਂ ਬਾਅਦ ਉਹਨੂੰ ਵੀ ਛੱਡ ਦਿੱਤਾ ਪੁਲਿਸ ਨੇ, ਉਹਨੂੰ ਵੀ ਕੋਈ ਹੱਥ ਨਹੀਂ ਪਾਇਆ। ਮੈਨੂੰ ਇਨਸਾਫ ਚਾਹੀਦਾ ਕਿ ਮੇਰੇ ਬੱਚੇ ਦੇ ਦੋਸ਼ੀਆਂ ਨੂੰ ਫੜਿਆ ਜਾ। ਮੈਂ ਐਸਐਸਪੀ ਸਾਹਿਬ ਨੂੰ ਮਿਲਣ ਆਈ ਹਾਂ, ਪਹਿਲੇ ਵੀ ਮਿਲ ਕੇ ਗਈ ਹਾਂ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਮੈਂ ਦੀਨਾਨਗਰ ਕਦੇ ਮੈਨੂੰ ਕਿਤੇ ਭੇਜ ਦਿੰਦੇ ਆ, ਕਦੇ ਕਿਤੇ ਭੇਜ ਦਿੰਦੇ ਆ, ਅਤੇ ਮੈਨੂੰ ਇਨਸਾਫ ਚਾਹੀਦਾ। ਮੈਂ ਐਸਐਸਪੀ ਸਾਹਿਬ ਨੂੰ ਮਿਲਣ ਆਈ ਹਾਂ, ਖੜੀ ਆਪਣੀ ਜਾਨ ਦੇ ਦਾਂਗੀ ਅੱਜ ਜੇ ਕੁਛ ਨਹੀਂ ਕਰਨਗੇ। ਤੇ ਮੈਂ ਵੀ ਸੁਸਾਈਡ ਕਰ ਲਾਂਗੀ। ਸਾਰੇ ਪੁਲਿਸ ਵਾਲੇ ਗਰਨਾਮ ASI ਜਿਹੜਾ ਅੰਮ੍ਰਿਤਸਰ ਹੋਸਪਿਟਲ ਜਾ ਕੇ ਮੇਰੇ ਕੋਲੋਂ ਪੈਸੇ ਲੈ ਕੇ ਆਇਆ, ਬਿਆਨ ਲੈਣ ਗਿਆ, ਨਾਲ ਉਹਦੇ ਸਰਿੰਦਰਪਾਲ ਦਵਿੰਦਰ ਸ਼ਰਮਾ SHO, ਜਿਹੜਾ ਮੈਨੂੰ ਕਹਿੰਦਾ ਕਿ ਬਹਿ ਕੇ ਪੈਸੇ ਦੀ ਲੈਣ ਦੇਣ ਦੀ ਗੱਲ ਕਰੋ, ਫਿਰ ਆਪਾਂ ਦੋਸ਼ੀਆਂ ਨੂੰ ਫੜਦੇ ਹਾਂ। ਮੇਰੇ ਕੋਲ ਪੈਸੇ ਦੇਣ ਲਈ ਹੈ ਨਹੀਂ, ਕਿਉਂਕਿ ਮੇਰਾ ਜਵਾਨ ਬੇਟਾ, ਮੈਨੂੰ ਮੰਗ ਚਾਹੀਦਾ, ਨਹੀਂ ਤਾਂ ਮੈਂ ਅੱਜ ਇੱਥੇ ਮੈਂ ਵੀ ਜਾਣ ਦੇ ਦਿੰਦੀ ਹਾਂ SSP ਸਾਹਿਬ ਦੇ ਸਿਰ ਚੱਕੇ। ਨਾਂ ਲੈ ਕੇ ਦੱਸ, ਨਾਂ ਆਕਸੀਜਨ ਲਾਣੀ ਉਹਨਾਂ ਨੇ, ਨਾਂ ਕੀ ਦੱਸ, ਦੋ ਜਾ ਨਾਂ ਲੈ ਆਉਣਾ ਤਾਂ ਭਿੰਦਰ ਜੋ ਜਾਉਣੇ ਅਸਰ ਭਿੰਦਰ ਤੇ ਜਾਉਣ, ਚੱਲ ਠੀਕ ਆ।